Oh,
역시 싫어지고 그루다 시험한다 사대 헤드에 코네 코네 위치 고니레야 परिपूर्ण परमात्मा के तमाम गुणों के विचों एक उत्तम गुण हो रहा है वो ये है कि उसके घर में कौड़ा बोल नहीं है ता ही जिस हिरदे में बैठ जाता है वो हिरदा अत्यंत ही मीठा हो जाता है उस रसना तो कौड़ा बोल कदे आ ही नहीं सकता कारण ਜੋ ਅੰਦਰ ਆਪ ਬੈਠਾ ਬੋਲਦਾ ਹੈ ਜਦ ਤੱਕ ਮਨੁੱਖ ਆਪਣੀ ਮਨ ਮਤ ਅਨੁਸਾਰ ਬੋਲੇਗਾ ਇਸ ਨੂੰ ਰੌਲਾ ਕਿਹਾ ਜਾਵੇਗਾ ਬਕਵਾਦ ਹੋਏਗਾ ਝਗੜਾ ਹੋਵੇਗਾ ਜਦ ਗੁਰਮਤੀ ਰਹਿਣੀ ਬਹਿਣੀ ਸੰਗਤ ਵਿੱਚ ਆ ਕੇ ਪਰਿਪੂਰਨ ਪਰਮਾਤਮਾ ਦੀ ਪਿਆਸ ਨੂੰ ਜੀਵਨ ਵਿੱਚ ਲੈ ਕੇ ਉਸਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਆਪ ਹਿਰਦੇ ਵਿੱਚ ਬੈਠੇਗਾ ਅਤੇ ਫਿਰ ਇਹ ਜੋ ਕੌੜੇ ਬੋਲ ਝਗੜਾ ਕਰਨ ਵਾਲੇ ਸਨ ਅਤਿਅੰਤ ਹੀ ਮਿੱਠੇ ਹੋ ਜਾਂਦੇ ਨੇ ਕਿ ਕਿਉਂਕਿ ਰਸਨਾ ਮਨੁੱਖ ਦੀ ਹੁੰਦੀ ਹੈ ਪਰ ਪਿੱਛੇ ਬੋਲਣ ਵਾਲਾ ਉਹ ਆਪ ਬੈਠ ਜਾਂਦਾ ਹੈ ਗੁਰੂ ਕਿਰਪਾ ਕਰ ਸਾਹਿਬ ਜੀ ਦੇ ਆਗਮਨ ਗੁਰੂ ਦੀਆਂ ਲੱਖ ਲੱਖ ਮੁਬਾਰਕਾਂ ਸਮੂਹ ਸੰਗਤਾਂ ਨੂੰ ਉਚੇਚੇ ਤੌਰ 'ਤੇ ਜੋ ਮਨਾ ਰਹੇ ਗੁਰੂ ਦੀ ਛਤਰ ਛਾਇਆ ਹੇਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰੋ ਆਪਣੀਆਂ ਗੁਰਸਿੱਖ ਸੰਗਤਾਂ ਨੂੰ ਨਾਮ ਦੀ ਕਣੀ ਉੱਚਾ ਸੁੱਚਾ ਜੀਵਨ ਗੁਰਮਤਿ ਦੀ ਰਹਿਣੀ ਬਹਿਣੀ ਗੁਰਮਤਿ ਗੁਰਸਿੱਖੀ ਬਖਸ਼ਿਸ਼ ਕਰੋ ਆਓ 2 ਮਿੰਟ ਦਾ ਇੱਕ ਸ਼ਬਦ ਸਾਹਿਬ ਜੀ ਦੇ ਪੁਸਤਕ ਵਿੱਚ ਗਾ ਕੇ ਫਿਰ ਅਗਲਾ ਜਥਾ ਆਪ ਜੀ ਨੂੰ ਨਿਹਾਲ ਕਰੇਗਾ ਆਪੇ ਗੁਰ ਚੇਲਾ ਬਾਬਾ ਗੋਬਿੰਦ
ਵਾਹਿਗੁਰੂ।